ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਤਾਂ ਕਈ ਵੀਰਾਂ ਦੇ ਕਮੈਂਟ ਆਏ ਸੀ ਸਾਨੂੰ ਕਿ 카ਰਲ ਮਾਰਕਸ ਬਾਰੇ ਦੱਸੋ ਤਾਂ ਜੋ ਤੁਸੀਂ ਫੋਟੋ ਦੇਖ ਰਹੇ ਹੋ ਇਹ 카ਰਲ ਮਾਰਕਸ ਦੀ ਹੈ ਤੇ ਜਿਵੇਂ ਕਿ ਆਪਾਂ ਸੁਣਦੇ ਹਾਂ ਕਿ ਬਈ ਵਾਰੀ ਮਾਰਕਸਵਾਦੀ ਸਿਧਾਂਤ ਸਮਾਜਵਾਦੀ ਸੰਵਾਦ ਅਜਿਹੀਆਂ ਚੀਜ਼ਾਂ ਬਾਰੇ ਤਾਂ ਮਾਰਕਸ ਨਾਲ ਸੰਬੰਧਿਤ ਸੀ 카ਰਲ ਮਾਰਕਸ ਨਾਲ ਤਾਂ 카ਰਲ ਮਾਰਕਸ ਬਾਰੇ ਅਸੀਂ ਕਈ ਵੀਡੀਓਜ਼ ਬਣਾਵਾਂ ਕਿਉਂਕਿ ਇਹਦੇ ਕਾਫੀ ਡਿਟੇਲਸ ਚ ਇਹਦਾ ਕੰਮ ਸਾਰਾ ਤੇ ਕਈ ਵੀਰਾਂ ਸਾਨੂੰ ਕਮੈਂਟ ਕਰੇ ਸੀ ਕਿ Karl Marx ਬਾਰੇ ਵੀਡੀਓ ਬਣਾਓ ਉਹਦੇ ਕੀ ਸਿਧਾਂਤ ਸੀ ਕੀ ਉਹਦੀਆਂ ਲਿਖਤਾਂ ਸੀ ਕੀ ਉਹਦਾ ਜੀਵਨ ਸੀ ਕਿਵੇਂ ਕਰਕੇ ਉਹਨੂੰ ਜਾਣਿਆ ਗਿਆ ਕਿਵੇਂ ਉਹ ਮਸ਼ਹੂਰ ਹੋਇਆ ਪ੍ਰਸਿੱਧ ਹੋਇਆ ਤਾਂ Karl Marx ਬਾਰੇ ਅਸੀਂ ਘੱਟੋ ਘੱਟ 8-10 ਵੀਡੀਓ ਬਣਨੀਆਂ ਜਿਹਦਾ ਸਾਰਾ ਕਵਰ ਕਰਨਾ ਪਿਆ ਤਾਂ ਤਾਂ ਜੇਕਰ ਤੁਸੀਂ ਇਹਦੇ ਨਾਲ ਇੱਜ ਇੰਟਰਸਟਿਡ ਹੋ ਫਿਰ ਵੀ ਤੁਸੀਂ ਵੀਡੀਓ ਦੇਖਿਓ ਤੇ ਹੋਰ ਵੀਡੀਓ ਵੀ ਆਉਣਗੀਆਂ ਇਹਦੀਆਂ ਕਿ Karl Marx ਕੀ ਸੀ ਇਹਨੇ ਸਮਾਜਵਾਦ ਨੂੰ ਜਿਹੜੀ ਨਵੀਂ ਸੇਧ ਹੈ ਜਿਹੜੀ ਕਿਵੇਂ ਦਿੱਤੀ ਕਾਰਲ ਮਾਰਕਸ ਜੋ ਉਹਦੇ ਕਈ ਸਿਧਾਂਤ ਸੀਗੇ ਜਿਵੇਂ ਜਿਹੜਾ ਉਹ ਰਾਜ ਕਹਿੰਦਾ ਸੀ ਜਿਵੇਂ ਇੱਕ ਤਾਂ ਰਾਜ ਹੁੰਦਾ ਰਾਜਤੰਤਰ ਇੱਕ ਲੋਕਤੰਤਰ ਲੋਕਤੰਤਰ ਜਿਵੇਂ ਆਪਣੇ ਆ ਉਹ ਬੰਦਾ ਕਹਿੰਦਾ ਸੀ ਵੀ ਇਹ ਰਾਜ ਵੀ ਗਲਤ ਹੈ ਹੋਣਾ ਨਹੀਂ ਚਾਹੀਦਾ ਇੱਕ ਸੀ ਰਾਜਤੰਤਰ ਉਹ ਰਾਜਤੰਤਰ ਦੇ ਵੀ ਹੱਕ 'ਚ ਨਹੀਂ ਸੀ ਜਿਹੜਾ ਰਾਜਾ ਰਾਜ ਕਰਦਾ ਸੀ ਉਹ ਕਹੇ ਜਾਂ ਰਾਜ ਚਾਹੁੰਦਾ ਸੀ ਜਿਵੇਂ ਚੀਨ 'ਚ ਹੈਗਾ ਉਹਨੂੰ ਆਪਾ ਤਾਨਾਸ਼ਾਹ ਕਿਹਾ ਜਾਂਦਾ ਵੈਸੇ ਤਾਂ ਕਿਤਾਬੀ ਭਾਸ਼ਾ 'ਚ ਚੀਨ 'ਚ ਜਿਹੜਾ ਰਾਜ ਹੈ ਤੇ ਰਸ਼ੀਆ 'ਚ ਉਹ ਰਾਜ ਕਹਿੰਦਾ ਸੀ ਉਹ ਕੀ ਇਹ ਰਾਜ ਹੋਵੇ ਜਿਹੜਾ ਚੀਨ ਤੇ ਰਸ਼ੀਆ ਚ ਉਹਦੇ ਪ੍ਰਭਾਵਾਂ ਕਾਰਨੀ ਹੋਇਆ ਤੇ ਜਿਵੇਂ ਕਿ ਚੀਨ ਚ ਜਿਹੜਾ ਉਹ ਰਾਜ ਅਲੱਗ ਤਰ੍ਹਾਂ ਦਾ ਆਪਣੇ ਵਰਗਾ ਨਹੀਂ ਹੈਗਾ ਵੋਟਾਂ ਉੱਥੇ ਪੈਂਦੀਆਂ ਪਰ ਉਹ ਨਾਂ ਦੇ ਬਰਾबरी ਹੀ ਵੋਟਾਂ ਪੈਂਦੀਆਂ ਕਿਉਂਕਿ ਇੱਕ ਹੀ ਪਾਰਟੀ ਦੇ ਬੰਦੇ ਉੱਠਦੇ ਐ ਉਹਦੇ ਬਾਰੇ ਵੀ ਅਸੀਂ ਵੀਡੀਓ ਬਣਾਵਾਂਗੇ ਡਿਟੇਲ ਚ ਸਾਨੂੰ ਤੁਹਾਨੂੰ ਪਤਾ ਲੱਗੇ ਤਾਂ Karl Marx ਦਾ ਸਮਾਜਵਾਦ ਉਹਦਾ ਜੀਵਨ ਉਹਦੀਆਂ ਲਿਖਤਾਂ ਸਭ ਤੋਂ ਪਹਿਲਾਂ ਉਹਨੇ ਇੱਕ ਬੁੱਕ ਲਿਖੀ ਸੀ ਦਾਸ ਕੈਪੀਟਲ ਇਹ ਜਿਹੜੀ ਦਾਸ ਕੈਪੀਟਲ ਬੁੱਕ ਸੀ ਇਹ ਤੋਂ ਬਹੁਤ ਜ਼ਿਆਦੇ ਫੇਮਸ ਹੋ ਗਿਆ ਸੀਗਾ ਤੇ ਰੂਸ ਤੇ ਚੀਨ ਚ ਜਿਹੜਾ ਇਹਦੇ ਬਹੁਤ ਜ਼ਿਆਦੇ ਪ੍ਰਭਾਵ ਪਿਆ ਤੇ ਉੱਥੋਂ ਦੀਆਂ ਸਰਕਾਰਾਂ ਨੇ ਇਹਦਾ ਅਸਰ ਲਿਆ ਤੇ ਉੱਥੋਂ ਦੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਤਾਂ ਇਹਦੇ ਸਰਕਾਰ ਬਣੀ 카ਰਲ ਮਾਰਕਸ ਜਿਹੜਾ ਇਹਦਾ ਜਨਮ ਹੋਇਆ ਸੀਗਾ ਜਰਮਨੀ ਚ ਹੋਇਆ ਸੀ ਸਭ ਤੋਂ ਪਹਿਲਾਂ ਇਹਦਾ ਜਨਮ ਜਰਮਨੀ ਚ ਟ੍ਰੀਅਰ ਨਾਂ ਦੇ ਥਾਂ ਤੇ ਹੋਇਆ ਸੀ ਜਿਹੋ ਡਿਗਰਾ ਨੇ ਚ ਹੋਇਆ ਸੀ 5 ਮਈ 1818 ਨੂੰ ਇਹਦਾ ਜਨਮ ਹੋਇਆ ਸੀ ਜਦੋਂ ਉਹਦੀ ਉਮਰ ਕਰੀਬ 6 ਸਾਲ ਦੀ ਸੀ ਤਾਂ ਉਹਦੇ ਮਾਤਾ ਪਿਤਾ ਨੇ ਜਿਹੜਾ ਸਾਈ ਧਰਮ ਨੂੰ ਅਪਣਾ ਲਿਆ ਸੀਗਾ ਯਹੂਦੀ ਤੋਂ ਮਾਰਕਸ ਜਿਹੜਾ ਸ਼ੁਰੂ ਤੋਂ ਹੀ ਕਹਿੰਦੇ ਵੀ ਉਹ ਸਧਾਰਨ ਬੁੱਧੀ ਵਾਲਾ ਸੀ ਬਹੁਤ ਸਿਆਣਾ ਬੱਚਾ ਸੀਗਾ 1835 ਜਿਉਂ ਨੇ ਬੋਨ ਯੂਨੀਵਰਸਿਟੀ ਦਾਖਲਾ ਲਿਆ ਪਰ ਉੱਥੇ ਉਹਦਾ ਕੋਈ ਜ਼ਿਆਦਾ ਉਹਨੇ ਗੌਰ ਨਹੀਂ ਕਰੀ ਤੇ ਉਸ ਤੋਂ ਬਾਅਦ ਮਾਰਕਸ ਨੇ ਜੈਨੀ ਵਾਨਾ ਨਾਂ ਦੀ ਕੁੜੀ ਨਾਲ ਵਿਆਹ ਕਰਾ ਲਿਆ ਤੇ ਉਸ ਤੋਂ ਬਾਅਦ ਉਹਨੇ ਨਿਆਂ ਸ਼ਾਸਤਰ ਦੇ ਧਿਆਨ ਲਈ ਬਰਲਿਨ ਯੂਨੀਵਰਸਿਟੀ 1836 ਈਸਵੀ ਦਾਖਲਾ ਲਿਆ ਤੇ ਪਰ ਉਹਨੇ ਇੱਥੇ ਵੀ ਕੁਝ ਖਾਸ ਨਹੀਂ ਕੀਤਾ ਤੇ ਵਿਚਾਲੋ ਪੜ੍ਹਾਈ ਛੱਡੀ ਤੇ ਉਹਦਾ ਝੁਕਾਅ ਅਰਥ ਸ਼ਾਸਤਰ ਤੇ ਇਤਿਹਾਸ ਵੱਲ ਹੋ ਗਿਆ ਤੇ ਉਹਨੇ ਇਹ ਵਿਸ਼ਿਆਂ ਨੂੰ ਜਿਹੜਾ ਪੜ੍ਹਨਾ ਜਿਹੜਾ ਆਰੰਭ ਕਰਤਾ ਤੇ ਉਸ ਤੋਂ ਬਾਅਦ ਉਹਨੇ ਹੀਗਲ ਦੀ ਵਿਚਾਰਧਾਰਾ ਤੇ ਧਿਆਨ ਕੀਤਾ ਇਸ ਤੋਂ ਬਾਅਦ ਹੀਗਲ ਦੀ ਸ਼ੁਰੂ ਹੁੰਦੀ ਹੈ ਵੀ ਹੀਗਲ ਦਾ ਉਹਤੇ ਬਹੁਤ ਜ਼ਿਆਦਾ ਪ੍ਰਭਾਵ ਆ ਜਿਹੜਾ ਪਿਆ ਸੀ ਉਦੇ ਪਿਤਾ ਦੇ ਦਿਹਾਂਸ ਸਮੇਂ ਜਦੋਂ ਉਹ 20 ਸਾਲ ਦਾ ਸੀ ਤਾਂ 32 ਸਾਲ ਦੀ ਉਮਰ 'ਚ ਮਾਰਕਸ ਨੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਜਿਹੜੀ ਹਾਸਲ ਕਰ ਲਈ ਸੀ ਇਸ ਤੋਂ ਬਾਅਦ ਵੀ ਉਹਦੀ ਪ੍ਰਤਿਭਾ ਦਾ ਪ੍ਰਮਾਣ ਮਿਲਦਾ ਹੈ ਕਿ ਇਹ ਡਿਗਰੀ ਉਸਨੇ ਜੈਨਾ ਯੂਨੀਵਰਸਿਟੀ ਤੋਂ ਹਾਸਲ ਕੀਤੀ ਸੀ ਮਾਰਕਸ ਇੱਕ ਵਧੀਆ ਪ੍ਰੋਫੈਸਰ ਤਾਂ ਬਣ ਸਕਦਾ ਸੀ ਪਰ ਉਹਨੂੰ ਕਿਤੇ ਨਿਯੁਕਤੀ ਨਾ ਮਿਲੇ ਇਸ ਲਈ ਉਹਦਾ ਚਕਾ ਪੱਤਰਕਾਰੀ ਵੱਲ ਹੋ ਗਿਆ ਉਹਨੇ ਕਈ ਜਨ ਅੰਦੋਲਨਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਵਿਚਾਰਾਂ 'ਚ ਜਿਹੜਾ ਕ੍ਰਾਂਤੀਕਾਰੀ ਪਰਿਵਰਤਨ ਆ ਗਿਆ ਤੇ ਉਹ ਪ੍ਰੋਲੇਟਾਰੀ ਭਾਵ ਕਿਰਤੀ ਵਰਗ ਦਾ ਹਮਦਰਦ ਬਣ ਗਿਆ ਜਿਹੜੇ ਮਜ਼ਦੂਰੀ ਕਰਦੇ ਆ ਕਿਰਤ ਕਰਦੇ ਆ ਫੈਕਟਰੀਆਂ ਚ ਲੱਗੇ ਆ ਜਾਂ ਦਿਹਾੜੀ ਕਰਦੇ ਆ ਉਹਨਾਂ ਦਾ ਉਹ ਹਮਦਰਦ ਬਣ ਗਿਆ ਸੀ ਮਾਰਕਸ ਨੇ 1843 ਜੈਨੀ ਮਾ ਜੈਨੀ ਵਾਰ ਵੈਸਲੇ ਬੈਸਟਫੇਲ ਨਾਲ ਵਿਆਹ ਕੀਤਾ ਜੈਨੀ ਜਰਮਨੀ ਦੀ ਇੱਕ ਪ੍ਰਤੀਕਰਿਆਵਾ ਸਾਮੰਤ ਪਰਿਵਾਰ ਦੀ ਕੁੜੀ ਸੀਗੀ ਇਹ ਮਾਰਕਸ ਇਸ ਦੇ ਨਾਲ ਪੈਰਿਸ ਗਿਆ ਉੱਥੇ ਇਹਨੇ ਕੋਈ ਪੱਤਰਕਾ ਛਾਪੀ ਜਿਹੜਾ ਕਿ ਕ੍ਰਾਂਤੀਕਾਰੀ ਵਿਚਾਰ ਇਹਨੇ ਪੇਸ਼ ਕੀਤੇ ਜਿਹੜੀ ਪਹਿਲੇ ਅੰਕ ਦੇ ਬਾਅਦ ਹੀ ਉਹ ਬੈਨ ਹੋ ਗਈ ਸੀਗੀ ਪੱਤਰਕਾ ਮਾਰਕਸ ਜਿਹੜਾ 1844 ਈਸਵੀ ਚ ਐਂਗਲ ਜ ਨਾਲ ਇਹਦਾ ਸੰਪਰਕ ਹੋਇਆ ਐਂਗਲ ਜਿਹੜਾ ਬਹੁਤ ਹੀ ਪ੍ਰਸਿੱਧ ਵਿਅਕਤੀ ਸੀ ਉਹਨੇ ਮਾਰਕਸ ਦਾ ਕਹਿੰਦੇ ਬਹੁਤ ਸਹਿਯੋਗ ਦਿੱਤਾ ਉਸਨੇ ਮਾਰਕਸ ਨੂੰ ਆਰਥਿਕ ਮਦਦ ਵੀ ਦਿੱਤੀ ਤੇ 1847 ਈਸਵੀ ਚ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਤਿਆਰ ਕੀਤਾ ਤੇ ਮਾਰਕਸ ਦਾ ਜਿਹੜਾ ਚੁਗਾ ਕ੍ਰਾਂਤੀਕਾਰੀ ਵਿਚਾਰਾਂ ਵੱਲ ਹੋਰ ਵਧ ਗਿਆ। ਤੇ 1849 ਚ ਮਾਰਕਸ ਆਇਆ ਲੰਡਨ ਗਿਆ ਤੇ ਬਾਕੀ ਦੇ ਸਾਲ ਉਹਨੇ ਇੱਥੇ ਹੀ ਗੁਜ਼ਾਰੇ ਤੇ ਇੱਕ ਆਜ਼ਾਦ ਉਹਨੇ ਸੋਚ ਚੁਣ ਲਈ ਵੀ ਮੈਂ ਇਹੀ ਕੁਛ ਕਰਨਾ ਹੈਗਾ। ਮਾਰਕਸਵਾਦੀ ਸੋਚ ਉਹਨੇ ਬਣਾ ਲਈ। ਤੰਗੀ ਤੁਰਸੀ ਦੇ ਹੁੰਦਿਆਂ ਵੀ ਉਹਨੇ ਆਪਣੀ ਸਿਧਾਂਤਿਕ ਪਕੜ ਮਜ਼ਬੂਤ ਰੱਖੀ। 1883 ਚ ਬੰਦੇ ਦੀ ਮੌਤ ਹੋਈ ਸੀਗੀ ਲੰਡਨ ਦੇ ਵਿੱਚ ਹੀ ਤੇ ਉਹਦੀਆਂ ਕੁਝ ਮਸ਼ਹੂਰ ਕਿਤਾਬਾਂ ਸੀਗੀਆਂ ਰਚਨਾਵਾਂ ਸੀ ਉਹ ਇੱਥੇ ਲਿਖੀਆਂ ਨੇ। ਕਾਰਲ ਮਾਰਕਸ ਦੀਆਂ ਜਿਹੜੀਆਂ ਕੁਝ ਮੁੱਖ ਕਿਤਾਬਾਂ ਨੇ ਨਾ ਉਹਨੇ ਕਿਤਾਬਾਂ ਲਿਖੀਆਂ ਨੰਬਰ 1 ਤਾਂ ਦਾ ਕੈਪੀਟਲ ਹੀ ਹੈ ਜੀ ਤੋਂ ਪੂਰੀ ਦੁਨੀਆ 'ਚ ਫੇਮਸ ਹੋ ਗਿਆ ਸੀ ਨੰਬਰ 2 ਆ ਸਮਵਾਦੀ ਮੈਨੀਫੈਸਟੋ ਨੰਬਰ 3 ਆ ਪਾਵਰ ਆਫ ਫਿਲਾਸਫੀ ਨੰਬਰ 4 ਆ ਹੋਲੀ ਫੈਮਿਲੀ ਨੰਬਰ 5 ਸਿਵਲ ਵਾਰ ਇਨ ਫਰਾਂਸ ਨੰਬਰ 6 ਗੋਥਾ ਪ੍ਰੋਗਰਾਮ ਨੰਬਰ 7 ਆ ਕ੍ਰਿਟਿਕ ਆਫ ਪੋਲੀਟੀਕਲ ਇਕਨੋਮੀ ਨੰਬਰ 8 ਆ ਕਲਾਸ ਸਟਰਗਲ ਨੰਬਰ 9 ਰਿਵੋਲੂਸ਼ਨ ਐਂਡ ਕਾਉਂਟਰ ਰਿਵੋਲੂਸ਼ਨ ਇਹ ਜਿਹੜੀਆਂ 카ਰਲ ਮਾਰਕਸ ਦੀਆਂ ਮੁੱਖ ਰਚਨਾਵਾਂ ਸੀਗੀਆਂ ਨੌ ਕਿਤਾਬਾਂ ਉਹਦੀਆਂ 10 ਕੈਪੀਟਲ ਉਹਦੀ ਬਹੁਤ ਜ਼ਿਆਦਾ ਫੇਮਸ ਹੋਈ ਸੀਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹਦੇ ਕਿਹੜੇ ਕਿਹੜੇ ਪ੍ਰਭਾਵ ਪਏ ਸੀ ਕੀਦੇ ਪ੍ਰਭਾਵ ਪਏ ਸੀ ਜਿਨ੍ਹਾਂ ਨਾਲ ਉਹਦੀ ਇਹ ਸੋਚ ਹੋਈ ਸਮਾਜਵਾਦੀ ਜਿਹੜੀ ਕ੍ਰਾਂਤੀਕਾਰੀ ਹਾਂਜੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ 카ਰਲ ਮਾਰਕਸ ਤੇੜੇ ਪ੍ਰਭਾਵ ਉਹ ਕਿਵੇਂ ਪਏ ਕਿਵੇਂ ਉਹਨੇ ਇਹ ਸਿਧਾਂਤਾਂ ਨੂੰ ਬਦਲਿਆ ਕਿਵੇਂ ਜਥਾਰਥਕ ਰੂਪ ਦਿੱਤਾ ਉਹਨੇ ਸਭ ਤੋਂ ਪਹਿਲਾਂ ਤਾਂ ਹੀਗਲ ਦਾ ਵੱਡਾ ਪ੍ਰਭਾਵ ਸੀ ਉਹਦਾ ਮਾਰਕਸ ਤੇ ਹੀਗਲ ਦਾ ਪ੍ਰਭਾਵ ਜ਼ਿਆਦਾ ਸੀ ਹੀਗਲ ਨੇ ਆਪਣੇ ਦਵੰਧਵਾਦ ਦੇ ਆਧਾਰ ਤੇ ਸਾਬਤ ਕੀਤਾ ਸੀ ਕਿ ਸਮਾਜ ਦਾ ਵਿਕਾਸ ਆ ਜਿਹੜਾ ਉਹ ਸੰਘਰਸ਼ ਤੇ ਆਧਾਰਿਤ ਹੈ ਜੇ ਸੰਘਰਸ਼ ਹੋਊਗਾ ਤਾਂ ਵਿਕਾਸ ਹੋਊਗਾ ਸਮਾਜਿਕ ਇਤਿਹਾਸ ਸੰਘਰਸ਼ ਦਾ ਹੀ ਨਤੀਜਾ ਹੈ ਮਾਰਕਸ ਨੇ ਹੀਗਲ ਦੇ ਵਿਚਾਰਾਂ ਨੂੰ ਜਿਵੇਂ ਦਾ ਤਵੇਂ ਪ੍ਰਵਾਨ ਨਹੀਂ ਕੀਤਾ ਬਲਕਿ ਉਹਨੇ ਹੀਗਲ ਦੇ ਵਿਚਾਰਾਂ ਨੂੰ ਆਪਣੀ ਵਿਆਖਿਆ ਨਾਲ ਪ੍ਰਸਤੁਤ ਕਰਕੇ ਨਵੇਂ ਸਿਧਾਂਤਕ ਮੰਤਵਾਂ ਲਈ ਉਪਯੋਗ ਕੀਤਾ ਦੂਜੇ ਨੰਬਰ ਤੇ ਉਹ ਤੇ ਪ੍ਰਭਾਵ ਸੀਗਾ ਲੋਡਵਿਕ ਫਿਊਰਾ ਵੈਖ ਦਾ 카ਰਲ ਮਾਰਕਸ ਨੇ ਹੀਗਲ ਦੇ ਦਵੰਦਵਾਦ ਵਿੱਚ ਫਿਊਰਾ ਵੈਖ ਦੀ ਵਿਚਾਰਤ ਅਧਾਰ ਰ ਵੀ ਪਾਇਆ ਪਰੰਤੂ ਮਾਰਕਸ ਨੇ ਇਸ ਦੇ ਵਿਚਾਰਾਂ ਨੂੰ ਵੀ ਉਵੇਂ ਨਹੀਂ ਪ੍ਰਵਾਨ ਕੀਤਾ ਤੇ ਵਿਗਿਆਨਕ ਦਾਰਸ਼ਨਿਕ ਤੇ ਪਦਾਰਥਵਾਦੀ ਸਿਧਾਂਤ ਬਣਾ ਦਿੱਤਾ ਤੇ ਨੈਤਿਕ ਤੇ ਧਾਰਮਿਕ ਨੈਤਿਕਵਾਦੀ ਸਰੂਪ ਧਾਰਨਾ ਇਹਨੂੰ ਨਾ ਕੀਤਾ ਉਹ ਤੋਂ ਅਲੱਗ ਕੀਤਾ ਐਡਮ ਸਮਿਥ ਰিকারਡੋ ਸੈਂਟ ਸਾਈਮਨ ਇਹਨਾਂ ਦੇ ਵੀ ਉਤੇ ਕਾਫੀ ਪ੍ਰਭਾਵ ਪਏ ਮਾਰਕਸ ਤੇ ਇਹ ਵਿਅਕਤੀਵਾਦੀ ਵਿਚਾਰਕ ਸਨ ਉਹਨਾਂ ਦੇ ਵਿਚਾਰਾਂ ਦਾ ਆਧਾਰ ਹੀ ਉਸ ਦੇ ਮੁੱਲ ਤੇ ਕਿਰਤ ਦਾ ਵੰਡ ਦੱਸਦਾ ਦਿੱਤਾ ਨੇ ਕਿਰਤ ਦੀ ਵੰਡ ਦਾ ਕੀ ਸੀ ਵੀ ਜੇ ਕੋਈ ਮਜ਼ਦੂਰ ਹੈ ਤੇ ਇੱਕ ਫੈਕਟਰੀ ਦਾ ਮਾਲਕ ਕਰੋੜਾ ਰੁਪਇਆ ਕਮਾ ਰਿਹਾ ਪਰ ਮਜ਼ਦੂਰ ਨੂੰ ਉਹ ਬਹੁਤ ਘੱਟ ਮਜ਼ਦੂਰੀ ਦੇ ਰਿਹਾ ਉਹਦੇ ਬਾਰੇ ਉਹਨੇ ਗੱਲ ਕਰੀ ਸੀ ਕਿਰਤ ਦੇ ਸਿਧਾਂਤ ਚ ਮਾਰਕਸ ਤੇ ਫ੍ਰਾਂਸੀਸੀ ਵਿਚਾਰਕ ਕਾਉਂਟ ਹੈਨਰੀ ਡੇ ਸਾਈਮਨ ਸੈਂਟ ਸਾਈਮਨ ਦਾ ਬਹੁਤ ਹੀ ਅਸਰ ਪਿਆ ਸੈਂਟਾ ਸਾਈਮਨ ਨੇ ਜਿਹੜੀ ਰਾਜਨੀਤਿਕ ਸਿਧਾਂਤਾਂ ਦੇ ਨਾਲ ਲਈ ਬੁਨਿਆਦੀ ਤਤਕਾਲੀ ਉਤਪਾਦਨ ਦੇ ਸਾਧਨਾਂ ਤੇ ਜ਼ਿਆਦਾ ਮਹੱਤਤਾ ਦਿੱਤੀ ਸੀ ਉਹਨੇ ਦੱਸਿਆ ਕਿ ਉਤਪਾਦਨ ਦੇ ਬਦਲਾਅ ਹੀ ਰਾਜਨੀਤਿਕ ਬਦਲਾਅ ਦਾ ਕਾਰਨ ਹੁੰਦੇ ਹਨ ਤੇ ਉਹਨੇ ਕਿਹਾ ਸੀ ਵੀ ਜਿਹੜੀ ਕਿਰਤ ਕਰਨ ਵਾਲੇ ਨੂੰ ਹੀ ਜਾਂਦਾ ਰਹਿਣਾ ਚਾਹੀਦਾ ਜੋ ਕਿਰਤ ਨਾ ਕਰਦੇ ਹੋਣ ਉਹਨਾਂ ਨੂੰ ਦੂਜਿਆਂ ਦੀ ਕਿਰਤ ਤੇ ਨਿਰਪਰ ਰਹਿੰਦੇ ਹੋਣ ਉਹਨਾਂ ਦਾ ਖਾਤਮਾ ਜਿਹੜਾ ਹੋਣਾ ਚਾਹੀਦਾ ਉਹ ਕਹਿੰਦਾ ਵੀ ਜਿਹੜੇ ਵੱਡੇ ਬੰਦੇ ਆ ਉਹ ਕੰਮ ਨਹੀਂ ਕਰਦੇ ਤੇ ਛੋਟੇ ਬੰਦੇ ਤੋਂ ਕੰਮ ਕਰਾ ਕੇ ਉਹਨਾਂ ਨੂੰ ਘੱਟ ਮਜ਼ਦੂਰੀ ਦੇਖ ਕੇ ਉਹਨਾਂ ਦਾ ਹੱਕ ਖਾਂਦੇ ਮੰਨਦਾ ਸੀਗਾ ਮਾਰਕਸਵਾਦ ਤੇ ਉਹ ਕਹਿੰਦਾ ਵੀ ਜਿਹੜਾ ਸਮਾਜ ਚ ਉਹਦੋਂ ਵਰਗ ਨੂੰ ਖਤਮ ਕਰਦੇ ਹੋ ਸਮਾਜ ਨੂੰ ਇਹ ਉਹਦੇ ਵਿਚਾਰ ਸੀਗੇ ਫਰਾਂਸੀਸੀ ᱥਾਮਵਾਦ ਦਾ ਵੀ ਉਹਤੇ ਕਾਫੀ ਅਸਰ ਪਿਆ ਤੇ ਵੀ ਉਹਨੇ ਆਰਥਿਕ ਪੱਖ ਦਿੱਤਾ ਇਸ ਜਿਹੜਾ ᱥਾਮਵਾਦ ਨੂੰ ਤੇ ਉਹਨ ਦਾ ਪ੍ਰਭਾਵ ਪਿਆ ਮਾਰਕਸ ਤੇ ਬਰਤਾਨਵੀ ਚਿੰਤਕਾਂ ਦਾ ਤੇ ਸਵਾਇਨ ਦਾ ਅਸਰ ਵੀ ਪਿਆ ਉਹਦੇ ਲਾਸਕੀ ਦੇ ਵਿਚਾਰ ਸੀਗੇ ਜਿਹੜੇ ਉਹਨੇ ਮਾਰਕਸ ਨੇ ᱥਾਮਵਾਦ ਨੂੰ ਬਿਖਰੀ ਸਥਿਤੀ ਵਿੱਚ ਪਾਇਆ ਇਕ ਅੰਦੋਲਨ ਦਾ ਰੂਪ ਦੇਤਾ ਉਹਨੇ ਜਿਹੜੇ ਲਾਸਕੀ ਦੇ ਵਿਚਾਰ ਸੀ ਉਹਨਾਂ ਨੂੰ ਵੀ ਇਕੱਠਾ ਕਰਕੇ ਮਾਰਕਸ ਨੇ ਕਿ ਸਮਾਜ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਤੇ ਸਮਾਜ ਭਵਿੱਖ ਵਿੱਚ ਕਿਸ ਦਿਸ਼ਾ ਵੱਲ ਜਾਵੇਗਾ। ਪ੍ਰੋਦਾ ਤੇ ਮਾਰਕਸ ਨੂੰ ਬੜਿਆ ਪਰ ਉਸਨੇ ਉਸਦੇ ਰਾਜਕਤਾਵਾਦੀ ਵਿਚਾਰ ਪਸੰਦ ਨਾ ਆਏ। ਪ੍ਰੋਦਾ ਨੂੰ ਨਾ ਹੀ ਅਰਥ ਸ਼ਾਸਤਰ ਦੀ ਸਮਝ ਸੀ ਨਾ ਹੀ ਇਤਿਹਾਸ ਦੀ ਮਾਰਕਸ ਦਾ ਕਹਿਣਾ ਸੀ। ਇਸ ਲਈ ਉਸਦੇ ਵਿਚਾਰਾਂ ਨੂੰ ਕੱਟਣ ਲਈ ਇੱਕ ਪੁਸਤਕ ਪਾਵਰਟੀ ਆਫ ਫਿਲਾਸਫੀ ਦੀ ਵੀ ਰਚਨਾ ਕੀਤੀ ਸੀ ਮਾਰਕਸ ਨੇ। ਤਾਂ ਮਾਰਕਸ ਜਿਹੜਾ ਸੀਗਾ ਉਹ ਕਹਿੰਦਾ ਸੀ ਵੀ ਸਮਾਜ 'ਚ ਜਿਹੜੇ ਵਰਗ ਐ ਉਹ ਖਤਮ ਕਰ ਦਿਓ। ਨਾ ਕੋਈ ਵੱਡਾ ਰਹੇ ਨਾ ਛੋਟਾ ਰਹੇ ਸਾਰੇ ਇੱਕੋ ਜਿਹੇ ਕਰ ਦਿਓ। ਜਿਹੜੇ ਵੱਡੇ ਪੂੰਜੀਵਾਦੀ ਬੰਦੇ ਨੇ ਅਮੀਰ ਨੇ ਜਿਵੇਂ ਮਾਲਿਆਂ ਲਾ ਲਓ ਭੱਜ ਗਿਆ 11-12000 ਕਰੋੜ ਰੁਪਏ ਲੈ ਕੇ ਕਿੰਨਾ ਸਰਕਾਰ ਦਾ 1100 ਕਰੋੜ ਸੌਰੀ ਤਾਂ ਇੱਕ ਹੋ ਹੋਰ ਸੀਗਾ ਪਤਾ ਨਹੀਂ ਨੀਰਬ ਮੋਦੀ ਇਹ ਇੰਨਾ-ਇੰਨਾ ਪੈਸਾ ਲੈ ਕੇ ਭੱਜੀ ਜਾਂਦੇ ਆ ਨਾਲੇ ਇਹਨਾਂ ਦੀਆਂ ਫੈਕਟਰੀਆਂ 'ਚ ਮਜ਼ਦੂਰ ਆ ਜਿਹੜੇ ਉਹ ਕੰਮ ਕਰਦੇ ਸੀ ਉਹਨਾਂ ਨੇ ਸਿਰ ਤੇ ਬਣੇ ਸੀਗੇ। ਉਹਨਾਂ ਤੋਂ ਵਿਚਾਰਾਂ ਤੋਂ ਕੁਝ ਨਹੀਂ ਬਣਾ ਹੋਇਆ ਲਾਲੋ ਕਿਸਾਨ ਹੁਣ ਸਾਰੇ ਦੇਖਦਾ ਢਿੱਡ ਭਰਦਾ ਪਰ ਜਿਹੜਾ ਕਿਸਾਨ ਕੋਲੇ ਜਿਆਦਾ ਪੈਸਾ ਨਹੀਂ ਆਉਂਦਾ ਜ਼ਿਆਦਾਤਰ ਜਿਹੜੀ ਸਰਕਾਰ ਆ ਜਿਹਦਾ ਪੈਸਾ ਬਣਾ ਜਾਂਦੀ ਹੈਗੀ ਤੇ ਮਜ਼ਦੂਰੀ ਕਰਦੇ ਜਿਹੜੇ ਲੋਕ ਉਹਨਾਂ ਦੇ ਹੱਥ ਬਿਲਕੁਲ ਵੀ ਕੁਝ ਨਹੀਂ ਆਉਂਦਾ ਤਾਂ ਇਹ ਜੀ ਹੈ ਕਿ ਉਹਨੇ ਕਿਰਤ ਦੀ ਵੰਡ ਦਾ ਸਿਧਾਂਤ ਦਿੱਤਾ ਸੀ ਮਾਰਕਸਵਾਦ ਨੇ ਆਪਣਾ ਪਹਿਲਾ ਪਾਰਟ ਹੈ ਅਗਲੇ ਚ ਉਹਨਾਂ ਆਪਾਂ ਦੱਸਾਂਗੇ ਵੀ ਕਿਵੇਂ ਉਹਨੇ ਵੰਡਿਆ ਸੀਗਾ ਸਾਰੀਆਂ ਚੀਜ਼ਾਂ ਨੂੰ ਇਤਿਹਾਸ ਨੂੰ ਤੇ ਆਰਥਿਕਤਾ ਨੂੰ ਇਹ ਚੀਜ਼ਾਂ ਬਾਰੇ ਦੱਸਾਂਗੇ ਤੇ ਦੱਸਾਂਗੇ ਵੀ 카ਰਲ ਮਾਰਕਸ ਦੀ ਜਿਹੜੀ ਕੀ ਦੇਣ ਸੀ ਸਮਾਜ ਨੂੰ ਤੇ ਜਿਹੜੀ ਚੀਨ ਤੇ ਰੂਸ ਚ ਉਹਦਿਆਂ ਬੜਾਂਗਾ ਉਹਦੇ ਸਿਧਾਂਤਾਂ ਦੇ ਹਿਸਾਬ ਨਾਲ ਸਰਕਾਰ ਆ ਜਿਹੜੀ ਕਿਵੇਂ ਬਣੀ ਦੋ ਵਰਗ ਆ ਜਿਹੜੇ ਉਹ ਕਿਵੇਂ ਵੰਡੇ ਗਏ ਵਰਗ ਸੰਘਰਸ਼ ਨੂੰ ਕਿਵੇਂ ਵੰਡਿਆ ਉਹਨੇ ਵਾਧੂ ਮੁੱਲ ਦੇ ਸਿਧਾਂਤ ਨੂੰ ਕਿਵੇਂ ਵੰਡਿਆ ਤੇ ਕਿਰਤੀ ਵਰਗ ਨੂੰ ਨੇ ਕਿਵੇਂ ਟੀਚਾ ਜਿਹੜਾ ਪ੍ਰਦਾਨ ਕੀਤਾ ਇਹ 카ਰਲ ਮਾਰਕਸ ਬਾਰੇ ਕੁਝ ਇੱਕ ਮੋٹے ਮੋٹے ਵਿਚਾਰ ਹੀ ਸੀ ਜਿਹੜੇ ਅੱਜ ਇਸ ਤੁਹਾਨੂੰ ਦੱਸੇ ਕੁਝ ਹੋਰ ਵੀਡੀਓਸ ਰਾਹੀ ਉਹਦੇ ਹੋਰ ਵਿਚਾਰਾਂ ਦੀ ਵੀ ਅਸੀਂ ਚਾਨਣਾ ਪਾਵਾਂਗੇ ਸੋ ਨੂੰ ਇਹ ਵੀਡੀਓ ਜੇ ਸਮਝ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਵੀ ਕਰਕੇ ਤੁਸੀਂ ਦੱਸ ਸਕਦੇ ਹੋ ਹੋਰ ਕਿਸੇ ਹਸਤੀ ਪਰ ਵੀਡੀਓ ਬਣਾਉਣੀ ਉਹ ਵੀ ਅਸੀਂ ਸ਼ੁਰੂ ਕਰਦੇ ਆਂਗੇ ਤਾਂ ਮਾਰਕਸ ਬਾਰੇ ਕਾਫੀ ਹਜੇ ਜਿਹੜੀ ਡੂੰਗੀ ਸੋਚ ਸੀ ਉਹਦੀ ਬੰਦੇ ਦੀ ਉਹਦੇ ਵੀਡੀਓ ਪਾਵਾਂਗੇ ਸੀ ਤੇ ਚੀਨ ਦੇ ਸਾਨੂੰ ਕਿ ਉੱਥੇ ਸਰਕਾਰ ਕਿਵੇਂ ਬਣਦੀ ਹੈ ਕੀ ਹੁੰਦਾ ਉਹਦੇ ਬਾਰੇ ਵੀ ਅਸੀਂ ਵੀਡੀਓ ਪਾਵਾਂਗੇ ਅਗਲੀ ਤੇ ਇਹਨੂੰ ਲਾਈਕ ਜਰੂਰ ਕਰੋ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਦਬੋ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਤੇ ਚੈਨਲ ਦੇ ਸਾਡੇ ਪਲੇਲਿਸਟ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਧੰਨਵਾਦ